ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਸਿੰਘ ਸਵਾਗਤ ਕਰਦਾ ਆਪ ਸਭ ਜੀ ਦਾ ਤੁਹਾਡੇ ਆਪਣੇ ਪੀਪੀਕੇ ਚੈਨਲ ਉੱਤੇ। ਸੋ ਜੀ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਤਿਨ ਤੇ ਆ ਐਮ ਏ ਆ ਊਨੋ ਆ ਦੂਏ ਤੇ ਆ। ਇਹਨਾਂ ਵਿੱਚ ਮੈਂ ਕੁਇਜ਼ ਨਹੀਂ ਕਰਾਵਾਂਗਾ, ਬਸ ਇਹਨਾਂ ਦੇ ਉੱਤੇ ਥੋੜੀ ਜਿਹੀ ਰੋਸ਼ਨੀ ਪਾਉਣ ਦੀ ਟਰਾਈ ਕਰਾਂਗਾ ਵੀ ਤੁਹਾਨੂੰ ਦੁਬਾਰਾ ਤੋਂ ਕੁਝ ਸਹੀ ਤਰੀਕੇ ਨਾਲ ਸਮਝ ਲੱਗ ਸਕੇ। ਜੇਕਰ ਤੁਸੀਂ ਕੁਝ ਭੁੱਲਦੇ ਪਿਓ, ਜੇਕਰ ਤੁਹਾਨੂੰ ਮੈਂ ਕੁਇਜ਼ ਜਿਹੜੇ ਆਪਣੀ ਵੀਡੀਓ ਬਣਾਈਆਂ ਸੀ, ਜਿਹੜੇ ਲੈਕਚਰ ਬਣਾਏ ਸੀ, ਉਹਨਾਂ ਵਿੱਚ ਜੇਕਰ ਮੈਂ ਕੁਝ ਦੱਸਣਾ ਭੁੱਲ ਗਿਆ ਹੋਵਾਂਗਾ ਤੇ ਉਹੀ ਦੇ ਅੰਦਰ ਕਵਰ ਹੋ ਜਾਏਗਾ। ਠੀਕ ਹੈ ਜੀ, ਸੋ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਿਓ, ਪੂਰਾ ਦੇਖਿਓ ਤੇ ਧਿਆਨ ਨਾਲ ਦੇਖਿਓ ਕੀ ਕੁਝ ਦੱਸਿਆ ਹੋਇਆ ਇਹਦੇ ਵਿੱਚ। ਤੇ ਇਹਦੇ ਨਾਲ ਜੇਕਰ ਤੁਸੀਂ ਸਾਡੇ ਦੂਸਰੇ ਚੈਨਲ ਪੀਬੀਕੇ ਸਟੂਡੀਓ ਨੂੰ ਜੇਕਰ ਸਬਸਕ੍ਰਾਈਬ ਕਰ ਦੋਗੇ ਤੁਹਾਡੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਉਸ ਚੈਨਲ ਤੇ ਅਸੀਂ ਸਾਰੇ ਮਿਕਸ ਕੀਤੇ ਹੋਏ ਗਾਣੇ, ਰੀਮਿਕਸ ਕੀਤੇ ਹੋਏ ਗਾਣੇ ਤੇ ਕੁਝ ਗੇਮਾਂ ਦੇ ਗੇਮ ਪਲੇ ਅਪਲੋਡ ਕਰਦੇ ਹਾਂ। ਸੋ ਜਿਨ੍ਹਾਂ ਸਪੋਰਟ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਉਹਨਾਂ ਸਪੋਰਟ ਉਸ ਚੈਨਲ ਨੂੰ ਵੀ ਕਰਿਓ। ਜੇਕਰ ਤੁਹਾਨੂੰ ਸਾਡਾ ਬਣਾਇਆ ਹੋਇਆ ਕੰਟੈਂਟ ਵਧੀਆ ਲੱਗਦਾ ਤੇ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਜੀ, ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਫ੍ਰੀ ਸੀਰੀਜ਼ ਪਤਿਨ ਤੇ ਪੰਜਾਬੀ। ਸੋ ਜੀ, ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆ ਐਮ ਪਤਿਨ ਤੇ ਤੋਂ। ਸੋ ਜੀ, ਇਹਦੇ ਚ ਕੀ ਕਹਿੰਦਾ, ਕੁਨਸੇਨ ਤੇ ਗੁਜ਼ਾਰੇ ਚਿਕਲੋ ਮੋਤੋਰੀ ਆ ਦੂਏ ਉਹ ਤਰੈ ਰੂ ਤੇ ਉਹ ਕੁਆਤਰੋ ਚਿਕਲੀ ਲੈ ਜੇਰੀ। ਮੈਂ ਤੁਹਾਨੂੰ ਸਲਾਹ ਦਵਾਂਗਾ ਕਿ ਇੱਕ ਕਾਪੀ ਪੈਨ ਲੈ ਕੇ ਜ਼ੋਰ ਇਹਨਾਂ ਸਾਰਿਆਂ ਨੂੰ ਲਿਖ ਲਓ ਜੋ ਕੁਛ ਮੈਂ ਦੱਸਣਾ ਪਿਆ। ਇੱਕ ਚਾਰਟ ਟਾਈਪ ਬਣਾ ਲਓ ਜਿਹਦੇ ਵਿੱਚ ਤੁਸੀਂ ਲਿਖੋਗੇ ਆ ਐਮ ਪਤਿਨ ਤੇ ਕਿਹੜੀ ਗੱਡੀ ਚਲਾ ਸਕਦੇ ਹੋ, ਕਿੰਨੇ ਕਿਲੋਵਾਟ ਤੇ ਕਿੰਨੀ ਪਾਵਰ ਦੀ ਗੱਡੀ ਹੋਏਗੀ। ਠੀਕ ਹੈ ਜੀ, ਕਿੰਨੀ ਪੋਟੈਂਸ ਹੋਏਗੀ, ਸਭ ਕੁਛ ਉਹਦੇ ਵਿੱਚ ਲਿਖਿਆ ਹੋਵੇ। ਇਸ ਤਰੀਕੇ ਨਾਲ ਤੁਹਾਨੂੰ ਥੋੜੀ ਆਸਾਨੀ ਹੋ ਜਾਏਗੀ। ਸੋ ਜੀ, ਇੱਥੇ ਕਹਿੰਦਾ ਪਿਆ ਆ ਐਮ ਪਤਿਨ ਤੇ ਤੁਸੀਂ ਚਿਕਲੋ ਮੋਤੋਰੀ ਚਲਾ ਸਕਦੇ ਹੋ, ਦੋ ਜਾਂ ਦੋ ਤੋਂ ਵੱਧ ਟਾਇਰਾਂ ਵਾਲੀ। ਮੈਂ ਜ਼ੂਮ ਕਰ ਦੇਣਾ ਥੋੜਾ। ਤੇ ਕੁਆਦਰੀ ਚਿਕਲੀ ਲੈਜੇਰੀ ਇਹਨਾਂ ਨੂੰ ਵੀ ਚਲਾ ਸਕਦੇ ਹੋ। ਲੈਜੇਰੀ ਲਿਖਿਆ, ਨੋਨ ਲੈਜੇਰੀ ਨਹੀਂ ਲਿਖਿਆ, ਭੁਲੇਖਾ ਨਾ ਖਾਜਿਓ। ਠੀਕ ਹੈ ਜੀ, ਕੋਨ ਮੋਤੋਰੇ ਤੇਰਮਿਕੋ ਨੋਨ ਸੁਪਰੀਓਰ ਆ ਚਿੰਕਵਾਂਤਾ ਚੀਚੀ। ਮਤਲਬ ਕਿ ਇਹ ਵੀ ਜ਼ਿਆਦਾ ਨਹੀਂ ਹੋਣੀ ਚਾਹੀਦੀ, ਜਿਹੜੀ ਮੋਟਰ ਪਾਵਰ ਹੈ ਉਹਦੀ 50 cc ਤੋਂ ਵੱਧ ਨਹੀਂ ਹੋਣੀ ਚਾਹੀਦੀ। ਨੋਨ ਸੁਪਰੀਓਰੇ ਲਿਖਿਆ, ਸੁਪਰੀਓਰੇ ਲਿਖਿਆ ਹੋਏ ਇਕੱਲਾ ਤੇ ਉਹ ਫਾਲਸ ਹੋਏਗਾ, ਧਿਆਨ ਦਿਓ, ਲਿਖ ਲਿਓ ਇਹ ਸਾਰਾ ਕਾਫੀ ਪੈਨ ਦੇ ਉੱਤੇ। ਕੋਨ ਮੋਤੋਰੇ ਇਲੈਕਟ੍ਰਿਕੋ ਦੀ ਪੋਤੈਂਸਾ ਨੋਨ ਸੁਪਰੀਓਰੇ ਆ 4 kW, ਜਾਂ ਫਿਰ ਕਹਿੰਦਾ ਇਲੈਕਟ੍ਰਿਕ ਮੋਟਰ ਦੀ ਪਾਵਰ ਨੋਨ ਸੁਪਰੀਓਰ ਆ 4 kW, ਵੀ ਉਹਦੀ ਜਿਹੜੀ ਇਲੈਕਟ੍ਰਿਕ ਮੋਟਰ ਹੈ ਉਹਦੀ ਜਿਹੜੀ ਪਾਵਰ ਹੈ 4 kW ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸੇ ਆ ਕਾਰੋਸੇਰੀਆ ਪੈਰਤਾ ਕੋਮੇ ਐਡ ਐਜ਼ੈਂਪਿਓ ਈ ਕੁਆਦ। ਜੇਕਰ ਕਹਿੰਦਾ ਉਹਨਾਂ ਦਾ ਕਾਰੋਸੇਰੀਆ ਖੁੱਲ੍ਹਾ ਹੈ, ਮਤਲਬ ਕਿ ਉਹਨਾਂ ਦੀ ਛੱਤ ਨਹੀਂ ਹੈਗੀ, ਜਿੱਦਾਂ ਕਿ ਉਦਾਹਰਣ ਦੇ ਤੌਰ ਤੇ ਈ ਕੁਆਦ, ਜਿੱਦਾਂ ਕਿ ਕੁਆਦ ਦੀ ਬੋਡੀ ਖੁੱਲ੍ਹੀ ਹੁੰਦੀ ਆ। ਅੱਗੇ ਕਹਿੰਦਾ ਉਹ ਜਾਂ ਫਿਰ ਆ 6 kW, 6 kW ਦੀ ਹੋ ਸਕਦੀ ਹੈ। ਸੇ ਲਾ ਕਾਰੋਸੇਰੀਆ ਕਿਊਜ਼ਾ ਕੋਮੇ ਲੇ ਮਿਕਰੋਕਾਰ। ਠੀਕ ਹੈ ਜੀ, ਜਾਂ ਕਹਿੰਦਾ ਉਹਦੀ 6 kW ਦੀ ਪਾਵਰ ਹੋਵੇ ਜੇਕਰ ਉਹਦਾ ਕਾਰੋਸੇਰੀਆ ਕਿਊਜ਼ਾ ਹੈ, ਮਤਲਬ ਕਿ ਉਹਦੀ ਜਿਹੜੀ ਛੱਤ ਵਗੈਰਾ, ਜਿਹੜੀ ਬੋਡੀ ਹੈ ਉਹ ਸਾਰੀ ਬੰਦ ਆ, ਜਿੱਦਾਂ ਕਿ ਮਿਕਰੋਕਾਰ। ਹੁਣ ਕਿਹੜੀ ਕਿਹੜੀ ਗੱਡੀਆਂ ਚਲਾ ਸਕਦੇ ਹਾਂ ਆਪਾਂ ਇਸ ਪਤੇਨ ਦੇ ਉੱਤੇ, ਇਸ ਫੋਟੋ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਦੇਖੋ, ਇੱਕ ਮੋਤੋਰੀਨਾ ਬਣਾਈ ਹੋਈ ਹੈ ਇੱਥੇ, ਇੱਕ 3 ਚਿਕਲੋ ਆ ਤੇ ਇੱਕ ਮਿਕਰੋਕਾਰ ਆ। ਠੀਕ ਹੈ ਜੀ, ਇਹ ਆਪਾਂ ਇੱਥੇ ਚਲਾ ਸਕਦੇ ਹਾਂ। ਉਸ ਤੋਂ ਬਾਅਦ ਕੀ ਕਹਿੰਦਾ, ਉਸ ਤੋਂ ਬਾਅਦ ਕਹਿੰਦਾ ਪਿਆ ਸੀ ਪੋ ਕੌਨ ਸੇ ਗੁਈਰੇ ਆ ਕੁਆਤੋਰ ਦੇ ਚਿਆਨੀ ਦੀ। ਤਾਂ ਇਹਨੂੰ ਆਪਾਂ ਹਾਸਿਲ ਕਰ ਸਕਦੇ ਹਾਂ 14 ਸਾਲ ਦੀ ਉਮਰ ਵਿੱਚ। ਮੈਂ ਉਕੋਰੇ ਅਵੇਰ ਨੇ ਕੰਪਿਊਟੀ, ਵੀ ਉਹਨੇ ਕੰਪਲੀਟ ਕਰ ਲਿਆ ਹੁਣ 16 ਸਾਲ ਦੀ। ਪਰ ਕੋਂਦੂਰੇ ਚਲਾਉਣ ਲਈ, ਡਰਾਈਵ ਕਰਨ ਲਈ, ਚਿਕਲੋ ਮੋਤੋਰੀ ਤੇ ਕੁਆਦਰੀ ਚਿਕਲੀ ਲੇ ਜੇਰੀ ਇਨ ਅਲਕੂਨੀ ਪਾਇਜ਼ੀ ਦੈਲ ਉਨੀਓਨੇ ਐਰੋਪਿਆ। ਧਿਆਨ ਦਿਓ, 16 ਸਾਲ ਦੀ ਉਮਰ ਹੋਣੀ ਚਾਹੀਦੀ, ਕੰਪਲੀਟ ਹੋਣੀ ਚਾਹੀਦੀ ਹੈ। ਕੁਛ ਅਲਕੂਨੀ ਕੁਛ ਦੇਸ਼ਾਂ ਵਿੱਚ, ਯੂਰੋਪੀਅਨ ਯੂਨੀਅਨ ਦੇ, ਇਹ ਨਹੀਂ ਕਿਹਾ ਵੀ ਪੂਰੇ ਇਟਲੀ ਵਿੱਚ, ਪੂਰੇ ਇਟਲੀ ਵਿੱਚ ਤੁਹਾਨੂੰ 14 ਸਾਲ ਦੀ ਉਮਰ ਚਾਹੀਦੀ ਹੈ ਘੱਟੋ ਘੱਟ। ਠੀਕ ਹੈ ਜੀ, ਇੱਥੇ 16 ਸਾਲ ਦੀ ਉਮਰ ਕੰਪਲੀਟ ਚਾਹੀਦੀ ਕੁਛ ਦੇਸ਼ਾਂ ਵਿੱਚ ਯੂਰੋਪ ਦੇ। ਅੱਗੇ ਐਸਬਲਿਆ ਤੋਂ ਧੀਰੇ ਕੇਲਾ ਪਤੇ ਤੇ ਆਇਆ ਮੈਂ ਪੋ ਐਸ ਰੇ ਰੀ ਲਸ਼ਾਤਾ ਸੈਂਸਾ ਦੋ ਵੇਰ ਸੋਸਤੇ ਨੇਰੇ ਲੀ ਐਜ਼ਾਮੀ ਤਿਉਰੀ ਚੀ ਇਹ ਪ੍ਰਾਥੀ ਚੀ। ਕਹਿੰਦਾ ਗਲਤ ਤੇ ਕਹਿਣਾ ਕਿ ਪਤੇ ਤੇ ਆਇਆ ਪੋ ਐਸ ਰੇ ਰੀ ਲਸ਼ਾਤਾ, ਮਤਲਬ ਕਿ ਉਹਨੂੰ ਹਾਸਿਲ ਕੀਤਾ ਜਾ ਸਕਦਾ, ਉਹ ਲਿੱਤਾ ਜਾ ਸਕਦਾ, ਸੈਂਸਾ ਦੋ ਵੇਰ ਸੋਸਤੇ ਨੇਰੇ ਲੀ ਐਜ਼ਾਮੀ ਤਿਉਰੀ ਚੀ ਇਹ ਪ੍ਰਾਥੀ ਚੀ। ਵੀ ਕਹਿੰਦਾ ਤੁਹਾਨੂੰ ਥਿਉਰੀਕਲ ਤੇ ਪ੍ਰੈਕਟੀਕਲ ਐਗਜ਼ਾਮ ਕਰਨ ਦੀ ਲੋੜ ਨਹੀਂ ਹੈਗੀ, ਉਹ ਐਗਜ਼ਾਮੇ ਦੇਣ ਦੀ ਲੋੜ ਨਹੀਂ ਹੈਗੀ ਆਇਮ ਦੇ ਪਤੇ ਤੈਨੂੰ ਹਾਸਿਲ ਕਰਨ ਲਈ। ਸੇ ਸੀ ਐ ਮਾਜੋਰੈਨੀ, ਜੇਕਰ ਤੁਸੀਂ ਵੱਡੇ ਹੋ, ਜਾਂ ਫਿਰ ਅਬੇਲਿਤਾ ਅਲਾਗੁਈਦਾ ਦੀ ਮੋਟੋ ਚਿਕਲੀ, ਜਾਂ ਤੁਹਾਨੂੰ ਕਹਿੰਦਾ ਮੋਟਰਸਾਈਕਲ ਚਲਾਉਣੀ ਆ ਗਈ ਆ, ਐਸੇ ਯੋਗ ਹੋ ਤੁਸੀਂ ਕਿ ਮੋਟਰਸਾਈਕਲ ਚਲਾ ਸਕਦੇ ਹੋ, ਐਸੀ ਅਬਿਲਿਟੀ ਹੈ ਤੁਹਾਡੀ, ਫਿਰ ਕਹਿੰਦਾ ਤੁਸੀਂ ਏਐਮ ਦੇ ਪਤੇਨ ਨੂੰ ਹਾਸਿਲ ਕਰ ਸਕਦੇ ਹੋ। ਇਦਾਂ ਕਹਿਣਾ ਗਲਤ ਹੈ ਐਸ ਬੱਲਿਆ ਤੋਂ ਧੀਰੇ। ਠੀਕ ਹੈ ਜੀ, ਸੋ ਆਇਮ ਪਤੇਨ ਤੇ ਆਪਣਾ ਕੰਪਲੀਟ। ਹੁਣ ਵਧਦੇ ਹਾਂ ਅਗਲੇ ਪਤੇਨ ਤੇ ਉੱਤੇ, ਅਗਲਾ ਕਿਹੜਾ ਹੈ ਆਪਣਾ ਆ ਊਨੋ। ਅਗਲੇ ਪਤੇਨ ਤੇ ਵਧਣ ਤੋਂ ਪਹਿਲਾਂ ਜਿਹੜੇ ਜਿਹੜੇ ਭੈਣ ਭਰਾ ਨੇ ਅੱਜ ਤੱਕ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਜ਼ਰੂਰ ਕਰ ਲੈਂਦੇ। ਜਿਨ੍ਹਾਂ ਨੇ ਅੱਜ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ, ਪਲੀਜ਼ ਯਾਰ ਵੀਡੀਓ ਲਾਈਕ ਕਰ ਦਿਆ ਕਰੋ, ਹੌਸਲਾ ਮਿਲ ਜਾਂਦਾ। ਠੀਕ ਹੈ ਜੀ, ਸੋ ਹੁਣ ਗੱਲ ਕਰਦੇ ਹਾਂ ਆ ਊਨੋ ਪਤੇਨ ਤੇ ਦੀ। ਓਕੇ ਜੀ, ਹੁਣ ਇੱਥੇ ਕਹਿੰਦਾ ਵਾ ਕੌਨਸੇਨ ਤੇ ਦੀ ਗੁਈਦਾਰੇ ਇਜਾਜ਼ਤ ਦਿੰਦਾ ਆ ਊਨੋ ਦਾ ਪਤੇਨ ਤੇ ਗੱਡੀ ਚਲਾਉਣ ਦੀ। ਇੱਥੇ ਲਿਖਿਆ ਮੋਟੋਚਿਕਲੀ ਚਲਾ ਸਕਦੇ ਹਾਂ। ਕੋਨੋ ਸੈਂਸਾ ਕਾਰੋਸੇਤਾ, ਕਾਰੋਸੇਤਾ ਕੀ ਹੁੰਦਾ? ਕਾਰੋਸੇਤਾ ਇੱਕ ਜਿਹੜੀ ਆਪਣੀ ਸਕੂਟਰ ਦੇ ਨਾਲ ਜਿਹੜੀ ਸਾਈਡ ਕਾਰ ਲੱਗੀ ਹੁੰਦੀ ਸੀ, ਇੱਕ ਛੋਟੀ ਜਿਹੀ ਜਿਹੜੀ ਆਪਣਾ ਕਹਿ ਲਈ ਰੇੜੀ ਜੀ ਲੱਗ ਜਾਂਦੀ ਸੀ, ਯੇ ਦੋਸਤੀ ਹਮ ਨਹੀਂ ਤੋੜੇਂਗੇ, ਉਹ ਵਾਲੀ ਫਿਲਮ ਕਿਹੜੀ ਸੀ ਆਪਣਾ ਸ਼ੋਲੇ ਫਿਲਮ ਦੀ।
ਸ਼ੋਲੇ ਫਿਲਮ ਦੇ ਵਿੱਚ ਜਿਹੜਾ ਸਾਈਡ ਕਾਰ ਹੁੰਦੀ ਹੈ ਉਹਦੀ ਗੱਲ ਕਰਦਾ ਵੀ ਉਹ ਕਾਰ ਆ ਉਹਦੇ ਨਾਲ ਜਾਂ ਉਹਦੇ ਤੋਂ ਬਿਨਾਂ ਦੀ ਚਲਿੰਦਰਾਤਾ ਸਿਲੰਡਰ ਪਾਵਰ ਜਿਹੜੀ ਹੁੰਦੀ ਹੈ ਫੀਨੋ ਆ ਚਿੰਨ ਤੋਂ ਬੇਨਤੀ ਚਿੰਗ ਪੇ ਚੀ ਚੀ 125 ਸੀਸੀ ਤੱਕ ਹੋਣੀ ਚਾਹੀਦੀ ਹੈ। ਪੋਤੈਂਸਾ ਨੋਨ ਸੁਪਰੀਓਰ ਜਿਹੜੀ ਉਹਦੀ ਪੋਤੈਂਸਾ ਜਿਹੜੀ ਉਹਦੀ ਪਾਵਰ ਹੈ ਉਹ ਨਹੀਂ ਜ਼ਿਆਦਾ ਹੋਣੀ ਚਾਹੀਦੀ। ਨੋਨ ਸੁਪਰੀਓਰ ਲਿਖਿਆ ਧਿਆਨ ਦਿਓ, ਨੋਨ ਸੁਪਰੀਓਰ ਆ 19 ਕਿਲੋਵਾਟ, 11 ਕਿਲੋਵਾਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਆ ਰਾਪੋਰਟੋ ਪੋਤੈਂਸਾ ਪੇਜ਼ੋ ਨੋਨ ਸੁਪਰੀਓਰ ਆ 0.1 ਕਿਲੋਵਾਟ ਕੇਜੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੁੰਦਾ ਵੀ 1 ਕਿਲੋਵਾਟ ਪਰ ਕੇਜੀ ਦੇ ਹਿਸਾਬ ਨਾਲ ਕਿੰਨਾ ਹੁੰਦਾ ਉਸ ਹਿਸਾਬ ਨੂੰ ਡਿਫਾਈਨ ਕੀਤਾ ਗਿਆ ਹੁੰਦਾ ਇੱਥੇ। 0.1 ਤੁਹਾਨੂੰ ਮਿਲੇਗਾ ਸਿਰਫ ਔਰ ਸਿਰਫ ਆ ਉਹਨੂੰ ਦੇ ਪਤੇਂਤੇ ਵਿੱਚ, ਤੇ 0.2 ਉਹ ਤੁਹਾਨੂੰ ਮਿਲੇਗਾ ਸਿਰਫ ਆ ਦੂਏ ਦੇ ਪਤੇਂਤੇ ਵਿੱਚ, ਹੋਰ ਕਿਸੇ ਪਤੇਂਤੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਦਿੱਤਾ। ਠੀਕ ਹੈ ਜੀ, ਇਹ ਦੋ ਗੱਲਾਂ ਨੇ, ਦੂਏ ਵਿੱਚ ਦੂਏ ਆਣਾ ਤੇ ਉਹਨੋਂ ਵਿੱਚ ਉਹਨੋਂ ਆਣਾ। ਅੱਗੇ ਤ੍ਰੀ ਚਿਕਲੀਆ ਮੋਤੋਰੇ ਦੀ ਪੋਤੈਂਸਾ ਨੂੰ ਸੁਪਰੀਓਰ ਹੈ 25 ਕਿਲੋਵਾਟ। ਤ੍ਰੀ ਚਿਕਲੀਆ ਮੋਤੋਰੇ ਵੀ ਚਲਾ ਸਕਦੇ ਹਾਂ, ਬਸ ਉਹਦੀ ਜਿਹੜੀ ਪਾਵਰ ਹੈ ਉਹ ਨਾ ਹੋਵੇ ਜ਼ਿਆਦਾ 15 ਕਿਲੋਵਾਟ ਤੋਂ। ਸੋ ਜੀ ਇਹਨਾਂ ਨੂੰ ਯਾਦ ਤੁਹਾਨੂੰ ਆਪੇ ਕਰਨਾ ਪੈਣਾ ਇਹਨਾਂ ਦੀ ਕਿਲੋਵਾਟ ਕਿੰਨੀ ਆ, ਪੋਤੈਂਸਾ ਕਿੰਨੀ ਆ। ਸੋ ਜੀ ਜੇਕਰ ਮੇਰੇ ਕੋਲ ਟਾਈਮ ਲੱਗਾ ਇੱਕ ਐਪਲੀਕੇਸ਼ਨ ਇੰਸਟਾਲ ਕਰਕੇ ਦਾ ਇੱਕ ਚਾਰਟ ਬਣਾ ਕੇ ਮੈਂ ਜ਼ਰੂਰ ਆਪਣੀ ਇੰਸਟਾਗ੍ਰਾਮ ਤੇ ਫੇਸਬੁੱਕ ਆਈਡੀ ਉੱਤੇ ਪੋਸਟ ਜ਼ਰੂਰ ਕਰਾਂਗਾ। ਵਧਦੇ ਆ ਕੇ ਮਾਖੀ ਨੇ ਐਗਰੀ ਕੋਲੇ, ਠੀਕ ਹੈ ਜੀ, ਐਗਰੀਕਲਚਰ ਨਾਲ ਰਿਲੇਟਡ ਜਿੰਨੀ ਵੀ ਗੱਡੀਆਂ ਨੇ ਉਹਨਾਂ ਦੀ ਗੱਲ ਹੁੰਦੀਆਂ ਨੇ। ਕਿਰਿਆ ਯੰਤਰਾਂ ਨੂੰ ਜਿਹੜੀਆਂ ਆਉਂਦੀਆਂ ਨੇ ਨੈਲੀ ਮਿਤੀ ਦੀ ਸਾਗੋਮਾ ਵੀ ਉਹਦੀ ਜਿਹੜੀ ਬੋਡੀ ਸ਼ੇਪ ਦੀ ਜਿਹੜੀ ਲਿਮਿਟ ਹੈ ਉਹਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਇਹਦੀ ਮਾਸਾ ਪ੍ਰੇਵਿਸਤੀ ਪੈਰੀਮੋਥੋ ਵੀ ਕੋਲੀ ਤੇ ਜਿਹੜਾ ਦਾ ਵੇਟ ਦੱਸਿਆ ਗਿਆ ਉਹਦੇ ਅੰਡਰ ਆਣ। ਠੀਕ ਹੈ ਜੀ, ਲਿਮਿਟ ਦੇ ਵਿੱਚ ਆਣ ਬੋਡੀ ਸ਼ੇਪ, ਸਾਗੋਮਾ ਹੁੰਦਾ ਬੋਡੀ ਸ਼ੇਪ, ਆਪਣੇ ਮਾਖੀ ਨੇ ਐਗਰੀਕੋਲੇ ਦੀ ਗੱਲ ਹੋਣ ਡਈ ਹੈ ਉਹਨਾਂ ਦੀ ਬੋਡੀ ਸ਼ੇਪ ਤੇ ਜਿਹੜਾ ਉਹਨਾਂ ਦਾ ਵੇਟ ਦੱਸਿਆ ਗਿਆ ਉਹਦੇ ਮੁਤਾਬਿਕ ਇਹਦਾ ਵੇਟ ਹੋਣਾ ਚਾਹੀਦਾ। ਤੁਤੀ ਵੀ ਕੋਲੀ ਕੇਸੀ ਪੋਸੋਨੋ ਗੁਇਦਾਰੇ ਕੋਲਾ ਪਤੇਂਤੇ ਆ ਐਮ। ਹੁਣ ਇੱਕ ਛੋਟੀ ਜਿਹੀ ਟ੍ਰਿਕ ਆ, ਸਾਰਿਆਂ ਨੂੰ ਵੀ ਪਤਾ ਵੈਸੇ ਤੇ, ਫਿਰ ਉਦਾਂ ਵੀ ਮੈਂ ਰਿਪੀਟ ਕਰ ਦਿੰਦਾ। ਆ ਐਮ ਦੇ ਪਤੇਂਤ ਤੇ ਜਿੰਨੀ ਵੀ ਗੱਡੀਆਂ ਚੱਲਦੀਆਂ ਉਹਨੂੰ ਹਰ ਇੱਕ ਪਤੇਂਤੇ ਆ ਉਨੋ ਆ ਦੂਏ ਆ ਬੀ ਜਿਹੜੇ ਵੀ ਆ ਪਤੇਂਤੇ ਨੇ ਸਾਰੇ ਨੂੰ ਚਲਾ ਸਕਦੇ ਨੇ। ਇੱਕ ਛੋਟੀ ਜਿਹੀ ਟ੍ਰਿਕ ਸੀ, ਪਰ ਇੱਕ ਗੱਲ ਧਿਆਨ ਰੱਖਿਓ ਇਹਨਾਂ 'ਚ ਮਿਕਸ ਨਾ ਹੋਇਓ। ਹੁਣੇ ਮੈਂ ਅੱਗੇ ਅੱਗੇ ਜਾ ਕੇ ਹੋ ਸਕੇ ਤਾਂ ਚਾਰਟ ਦੇ ਅੰਦਰ ਮੈਂ ਵੀ ਡਿਫਾਈਨ ਕਰ ਦਾਂਗਾ, ਵੀ ਸ਼ੋਅ ਕਰ ਦਾਂਗਾ ਵੀ ਕਿੱਦਾਂ ਕਰਕੇ ਕਿਹੜੀ ਗੱਡੀ ਕਿਹੜੇ ਪਤੇਂਤੇ ਉੱਤੇ ਚੱਲ ਸਕਦੀ ਹੈ, ਤੁਹਾਨੂੰ ਇਹ ਯਾਦ ਕਰਨਾ ਪੈਣਾ। ਅੱਗੇ ਕਹਿੰਦਾ ਸੀ ਪੋ ਕੌਨਸਿਗਵੀਰ ਅਸੇ ਦੀ ਚਾਨੀ ਦੀ ਤਾਂ ਵੀ ਇਹਨੂੰ 16 ਸਾਲ ਦੀ ਉਮਰ 'ਚ ਹਾਸਿਲ ਕੀਤਾ ਜਾ ਸਕਦਾ, ਇਹ ਉਹਨਾਂ ਦੇ ਪਤੇਂਤੇ ਨੂੰ 16 ਸਾਲ ਦੀ ਉਮਰ 'ਚ ਹਾਸਿਲ ਕੀਤਾ ਜਾ ਸਕਦਾ। ਆ ਕੈਸੇ ਨੋਨ ਸੀਆ ਜਾਲਾ ਪਤੇਂਤੇ ਆ ਐਮ ਏ, ਵੀ ਜੇਕਰ ਤੁਹਾਡੇ ਕੋਲ ਆ ਐਮ ਦਾ ਪਤੇਂਤੇ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਆ ਉਹਨਾਂ ਦਾ ਪਤੇਂਤੇ ਕਰ ਸਕਦੇ ਹੋ। ਕੀ ਐਨ ਪ੍ਰੋਸੈਸੋ ਦਲਾ ਪਤੇਂਤੇ ਆ ਉਹਨੋ ਪੋ ਟ੍ਰਾਂਸਪੋਰਟਾਰੇ ਉਨ ਪਾਸੇ ਜੇਰੋ ਕੇ ਆ ਬਿਆਲ ਮੇਨੋ ਚਿੰਕੋ ਆਨੀ, ਜਿਹੜਾ ਆ ਉਹਨੋ ਦੇ ਪਤੇਂਤੇ ਵਾਲੇ ਹੁੰਦੇ ਨੇ ਉਹ ਇੱਕ ਪੈਸੇਂਜਰ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਨੇ ਜਿਹਦੀ ਉਮਰ ਘੱਟੋ ਘੱਟ 5 ਸਾਲ ਹੋਵੇ। 5 ਸਾਲ ਦੇ ਕਿਸੇ ਵੀ ਪੈਸੇਂਜਰ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਨੇ ਆ ਉਹਨੋ ਦੇ ਪਤੇਂਤੇ ਉੱਤੇ। ਆ ਐਮ ਏ ਤੇ ਐਸਾ ਕੁਛ ਵੀ ਨਹੀਂ ਹੈਗਾ। ਸੇ ਸੁਲਾ ਕਾਰਤਾ ਦੀ ਚਿਰਕੁਲਾਸੀਓਨ ਦੇ ਵੀ ਕਰੋ ਐ ਇੰਦਿਕਾਤਾ ਤਾਲੇ ਪੋਸੀਬਿਲਤਾ, ਜੇਕਰ ਕਹਿੰਦਾ ਕਾਰਤਾ ਦੀ ਚਿਰਕੁਲਾਸੀਓਨ ਨੇ ਮਤਲਬ ਕਿ ਗੱਡੀ ਦੀ ਜਿਹੜੀ ਆਪਣੀ ਲਿਬਰੇਤੋ ਆ ਉਹਦੇ ਉੱਤੇ ਐਸਾ ਕੁਛ ਇੰਡੀਕੇਟ ਕੀਤਾ ਹੋਵੇ ਤਾਂ ਹੀ ਉਹਨੂੰ ਬਿਠਾ ਸਕਦਾ। ਮਤਲਬ ਕਿ ਹੁਣ ਮੋਟਰਸਾਈਕਲ ਦੀ ਜਿਹੜੀ ਆਪਾਂ ਚਲਾਉਣ ਡੇ, ਜਿਹੜੀ ਵੀ ਆਪਾਂ ਗੱਡੀ ਆਪਣਾ ਵਾਹਨ ਜਿਹੜਾ ਚਲਾਉਣ ਡੇ, ਜਿਹੜਾ ਸਾਧਨ ਆਪਣਾ ਚਲਾਉਣ ਡੇ ਆ, ਉਹਦੇ ਵਿੱਚ ਵੀ ਐਸੀ ਕੈਪੇਬਿਲਿਟੀ ਹੋਣੀ ਚਾਹੀਦੀ ਹੈ, ਉਹਦੀ ਵੀ ਐਸੀ ਸ਼ਮਤਾ ਹੋਣੀ ਚਾਹੀਦੀ ਕਿ ਕਿਸੇ ਪੈਸੇਂਜਰ ਨੂੰ ਲੈ ਕੇ ਜਾਵੇ। ਐ ਨਾ ਹੋਵੇ ਕਿ ਪਿੱਛੇ ਸੀਟੀ ਨਹੀਂ ਹੈਗੀ ਤੇ ਆਪਾਂ ਕਹੀਏ ਆਪਾਂ ਪੈਸੇਂਜਰ ਬਿਠਾ ਸਕਦੇ, ਨਹੀਂ ਜੀ ਆਪਾਂ ਇੱਦਾਂ ਪੈਸੇਂਜਰ ਨੂੰ ਨਹੀਂ ਬਿਠਾ ਸਕਦੇ। ਠੀਕ ਹੈ ਜੀ, ਘੱਟੋ ਘੱਟ 5 ਸਾਲ ਦੀ ਉਮਰ ਹੋਣੀ ਚਾਹੀਦੀ ਹੈ, ਯਾਦ ਰੱਖਿਓ। ਅੱਗੇ ਵਧਦੇ ਹਾਂ। ਇਸ ਬੱਲਿਆ ਤੋਂ ਧੀਰੇ ਕੇ ਦੋ ਪੋ ਦੁਵਿਆਨੀ ਸੀ ਟ੍ਰਾਂਸਫੋਰਮ ਆਤਮਾਤਿਕਾ ਮੇਨ ਤੇ ਇਨ ਪਤੇਂਤੇ ਦੀ ਆਲਤਰਾ ਕੈਟੇਗੋਰੀ ਆ। ਕਹਿੰਦਾ ਇਹ ਗਲਤ ਤੇ ਕਹਿਣਾ ਕਿ 2 ਸਾਲ ਬਾਅਦ ਉਹ ਬਦਲ ਜਾਏਗਾ ਆਟੋਮੈਟਿਕਲੀ ਇਨ ਪਤੇਂਤੇ ਦੀ ਆਲਤਰਾ ਕੈਟੇਗੋਰੀ ਆ, ਵੀ ਹੋਰ ਕੈਟੇਗਰੀ ਵਿੱਚ ਉਹ ਬਦਲ ਜਾਏਗਾ ਆਟੋਮੈਟਿਕਲੀ 2 ਸਾਲ ਬਾਅਦ। ਫਾਲਸੋ, ਇੱਦਾਂ ਕੁਛ ਵੀ ਨਹੀਂ ਹੋਏਗਾ। ਪਤੇਂਤੇ ਆ ਉਹਨੂੰ ਆ ਤੇ ਆ ਉਹਨੂੰ ਹੀ ਰਹੇਗਾ, ਇਹਨੂੰ ਵਧਾਇਆ ਨਹੀਂ ਜਾ ਸਕਦਾ, ਆਟੋਮੈਟਿਕਲੀ ਕੋਈ ਵੀ ਪਤੇਂਤੇ ਨਹੀਂ ਵਧਦਾ। ਠੀਕ ਹੈ ਜੀ। ਕੇ ਕੌਨਸੈਂਤੇ ਦੀ ਗੁਜ਼ਾਰੇ ਮਾਖੀ ਨੇ ਓਪੇਰਾਤਰੀ ਚੀ, ਕਹਿੰਦਾ ਇਜਾਜ਼ਤ ਵੀ ਦਿੰਦਾ ਕਿ ਤੁਸੀਂ ਮਾਖੀ ਨੇ ਓਪੇਰਾਤਰੀ ਚੀ ਚਲਾ ਸਕਦੇ ਹੋ। ਧਿਆਨ ਰੱਖਿਓ ਓਪੇਰਾਤਰੀ ਚੀ ਨਹੀਂ ਚਲਾ ਸਕਦੇ, ਤੁਸੀਂ ਆਗਰੀ ਕੋਲੇ ਚਲਾ ਸਕਦੇ ਹੋ। ਠੀਕ ਹੈ ਜੀ, ਕੰਮ ਵਾਲੀਆਂ ਗੱਡੀਆਂ ਨਹੀਂ ਚਲਾ ਸਕਦੇ, ਆਗਰੀ ਕੋਲੇ ਐਗਰੀਕਲਚਰ ਵਾਲੀ ਗੱਡੀਆਂ ਤੁਸੀਂ ਚਲਾ ਸਕਦੇ ਹੋ। ਤ੍ਰੀ ਚਿਕਲੀ ਦੀ ਪੋਤੈਂਸਾ ਸੁਪਰੀਓਰ ਹੈ 25 ਕਿਲੋਵਾਟ, ਤ੍ਰੀ ਚਿਕਲੀ ਚਲਾ ਸਕਦੇ ਹੋ ਜਿਹਦੀ ਮੋਟਰ ਪਾਵਰ 15 ਕਿਲੋਵਾਟ ਤੋਂ ਵੱਧ ਹੋਵੇ। ਇੱਥੇ ਕਹਿੰਦਾ ਵੈ ਨੋਨ ਸੁਪਰੀਓਰ ਆ 25 ਕਿਲੋਵਾਟ। ਠੀਕ ਹੈ ਜੀ, ਅੱਗੇ ਸੇਸੀ ਆ ਜਾਂ ਮੈਜੋ ਰਹਿਣੀ ਜੇਕਰ ਉਹ 18 ਸਾਲ ਤੋਂ ਵੱਧ ਹੈ, ਐਸਾ ਕੁਛ ਵੀ ਨਹੀਂ ਹੈਗਾ। ਠੀਕ ਹੈ ਜੀ, ਆਉਣੋ ਵੀ ਕੰਪਲੀਟ ਹੋ ਚੁੱਕਿਆ ਆਪਣਾ, ਆਉ ਦੂਏ ਦੀ ਗੱਲ ਕਰਦੇ ਹਾਂ। ਆ ਦੂਏ 'ਚ ਕੀ ਕਹਿੰਦਾ ਆਪਾਂ ਨੂੰ, ਕਹਿੰਦਾ ਹੁਣ ਇੱਥੇ ਆਪਾਂ ਨੂੰ ਕੌਨਸੈਂਸੇਂਟ ਗੁਇਦਾਰੇ ਕਿਹੜੀ ਕਿਹੜੀ ਕਰਦਾ, ਵੀ ਆਪਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਕਿਹੜੀ ਕਿਹੜੀ ਆ। ਮੋਟਰਸਾਈਕਲ ਦੀ ਕੌਨਸੈਂਸਾ ਕਰ ਉਤਸੈਤਾ ਦੀ ਪੋਤੈਂਸਾ ਫੀਨੋ ਆ 35 ਕਿਲੋਵਾਟ, ਰਾਪੋਰ ਤੋਂ ਪੋਤੈਂਸਾ ਪੇਜ਼ੋ ਨੋਨ ਸੁਪਰੀਓਰ ਆ 0.2 ਕਿਲੋਵਾਟ ਕੇਜੀ। ਠੀਕ ਹੈ ਜੀ, ਆ ਦੂਏ ਆ ਤੇ 2 ਕਿਲੋਵਾਟ ਕੇਜੀ, ਇਹ ਮੈਂ ਪਹਿਲਾਂ ਦੱਸ ਚੁੱਕਿਆ, ਉਮੀਦ ਕਰਦਾ ਸਮਝ ਲੱਗ ਗਈ ਹੋਏਗੀ ਹੁਣ। ਤੇ ਇੱਥੇ ਨੇ ਪੋਤੈਂਸਾ ਫੀਨੋ ਆ 35 ਕਿਲੋਵਾਟ ਲਿਖਿਆ, ਐ ਵੀ ਯਾਦ ਰੱਖਿਓ ਇੱਥੇ 35 ਕਿਲੋਵਾਟ ਤੱਕ ਦੀ ਆ। ਪੁਰਕੇ ਨੋਨ ਸਿਆਨੋ ਦੇਰੀਵਾਤੀ ਦਾ ਉਨਾ ਵਰਸੀਓਨੇ ਦੇ ਲੋ ਸਟੈਸੋ ਮੋਡੈਲੋ ਕੇ ਸਵਿਲੁਪੀ ਓਲਤਰੇ ਇਲ ਦੋਪੀਓ ਦਲਾ ਪੋਤੈਂਸਾ ਮਾਸੀਮਾ। ਸੋ ਇੱਥੇ ਕਹਿੰਦਾ ਪਿਆ, ਇੱਥੇ ਕਹਿਣ ਦਾ ਇਹਦਾ ਮਤਲਬ ਹੈ ਵੀ ਸ਼ਰਤ ਇਹੀ ਆ
ਕਿ ਜਿਹੜੀ ਉਹਦੀ ਪਾਵਰ ਸੀ ਉਹਨੂੰ ਡਬਲ ਨਾ ਕੀਤਾ ਗਿਆ ਹੋਵੇ। ਜਿਹੜਾ ਸਟੈਸੋ ਮਾਡਲ ਸੀ ਵੀ ਉਹੀ ਮਾਡਲ ਸੀ ਮੋਟਰਸਾਈਕਲ ਦਾ, ਉਹਦੀ ਪਾਵਰ ਨੂੰ ਵਧਾਇਆ ਨਾ ਗਿਆ ਹੋਵੇ, ਇਸ ਤਰੀਕੇ ਨਾਲ ਉਹਨੂੰ ਵਰਤਿਆ ਜਾ ਸਕਦਾ ਇਸ ਪਤੇਂ ਦੇ ਉੱਤੇ। ਬਾਕੀ ਨਾਗਰੇ ਕੋਲੇ ਵੀ ਚਲਾ ਸਕਦੇ ਹਾਂ, ਸੇਮ ਹੋਈ, ਠੀਕ ਹੈ ਜੀ, ਜਿਵੇਂ ਆ ਉਹਨੂੰ ਦਾ ਸੀ। ਤੁਤੀ ਵਿਕੁਲੀ ਕੇ ਸੀ ਪੋਸੋਨੋ ਕੁੰਦੂਰੇ ਕੋਲੇ ਪਤੇਂਤੀ ਆ ਉਹਨੋ ਏ ਆ ਐਮ ਏ ਆ ਦੂਏ ਤੇ ਆ ਉਹਨੋ ਤੇ ਆ ਐਮ ਏ ਦਾ ਪਤੇਂਤੇ ਦੀ ਗੱਡੀਆਂ ਵੀ ਚਲਾਈ ਜਾ ਸਕਦੀਆਂ ਨੇ। ਆ ਉਹਨੋ ਤੇ ਕਿਹੜੀ ਚਲਾਈ ਜਾ ਸਕਦੀ ਸੀ? ਆ ਐਮ ਵਾਲੀ। ਆ ਐਮ ਤੇ ਉਸ ਤੋਂ ਨੀਚੇ ਕੋਈ ਪਤੇਂਤੇ ਹੈ ਨਹੀਂ, ਇਸ ਕਰਕੇ ਇਹਨਾਂ ਦੇ ਕੋਈ ਐਸਾ ਸਵਾਲ ਨਹੀਂ ਸੀ। ਆ ਉਹਨੋ ਤੇ ਆ ਐਮ ਵਾਲੀ, ਆ ਦੂਏ ਤੇ ਆ ਉਹਨੋ ਤੇ ਆ ਐਮ ਵਾਲੀ, ਠੀਕ ਹੈ ਜੀ। ਸਿਪੋ ਕੌਨਸਿਗੁਰੇ ਆਦਿ ਚੋਤਾ ਨਹੀਂ ਦਿੱਤਾ, ਵੀ 18 ਸਾਲ ਦੀ ਉਮਰ ਚ ਇਹਨੂੰ ਹਾਸਿਲ ਕੀਤਾ ਜਾ ਸਕਦਾ। ਆ ਕਿਸੇ ਨੂੰ ਸੀਆ ਜਾ ਪਤੇਂਤੇ ਆ ਉਹਨੋ, ਭਾਵੇਂ ਕਹਿੰਦਾ ਤੁਹਾਡੇ ਕੋਲ ਆ ਉਹਨਾਂ ਦਾ ਪਤੇਂਤੇ ਨਹੀਂ ਵੀ ਸੀ। ਇਹ ਪ੍ਰਮੇਤੀ ਦੀ ਟਰਾਂਸਪੋਰਟਾਰੀ ਨੂੰ ਪਾਸੇ ਜੇਰੋ ਵੀ ਤੁਸੀਂ ਇੱਕ ਪੈਸੇਂਜਰ ਵੀ ਲੈ ਕੇ ਜਾ ਸਕਦੇ ਹੋ। ਸੋਲੋ ਸੇਨ ਦੀ ਕਾਰ ਤੋਂ ਸੋਲਾ ਕਾਰਤਾ ਦੀ ਚਿਰਕੁਲਾਸੀਓਨੇ ਦੇ ਵਹੀਕਲੋ, ਸੇਮ ਹੋਈ ਕਿ ਜੇਕਰ ਕਾਰਤਾ ਦੀ ਚਿਰਕੁਲਾਸੀਓਨੇ ਯਾਨੀ ਆਪਣੀ ਲਿਬਰੇਤੋ ਉੱਤੇ ਲਿਖਿਆ ਹੋਇਆ ਤਾਂ ਹੀ ਆਪਾਂ ਲੈ ਕੇ ਜਾ ਸਕਦੇ ਹਾਂ। ਸੋ ਜੀ ਅੱਗੇ ਵਧਦੇ, ਅੱਗੇ ਕਹਿੰਦਾ ਪਿਆ ਵੀ ਤੁਲਾਰੇ ਦੀ ਪਤੇਂਦੇ ਦੀ ਕੈਟੇਗਰੀ ਆ ਦੂਏ, ਆ ਦੂਏ ਦੇ ਪਤੇਂਦੇ ਦਾ ਮਾਲਕ, ਤਲ ਮੈਨੂੰ ਦੂਏ ਆਨੀ ਘੱਟੋ ਘੱਟ 2 ਸਾਲ ਤੋਂ। ਪੋ ਕੌਨਸਿਗੁਰ ਵਾਲਾ ਪਤੇਂਤੇ ਆ, ਉਹ ਪਤੇਂਤੇ ਇਹਨੂੰ ਹਾਸਿਲ ਕਰ ਸਕਦਾ ਕਿ ਅਬਿਲਿਤਾ ਅਲਗੁਈ ਦਾ ਤੁਤੀ ਈ ਮੋਟੋਸਾਈਕਲੀ, ਜਿਹਦੇ ਨਾਲ ਹਰ ਇੱਕ ਤਰ੍ਹਾਂ ਦੀ ਮੋਟਰਸਾਈਕਲ ਨੂੰ ਚਲਾ ਸਕਦਾ। ਹੁਣ ਇੱਥੇ ਗੱਲ ਗੌਰ ਕਰੋ ਜੀ, ਆ ਦੂਏ ਦਾ ਪਤੇਂਤੇ ਆਪਾਂ 18 ਸਾਲ ਦੀ ਉਮਰ ਚ ਹਾਸਿਲ ਕਰ ਸਕਦੇ ਹਾਂ, ਮਤਲਬ ਕਿ ਆ ਪਤੇਂਤੇ ਆਪਾਂ 20 ਸਾਲ ਦੀ ਉਮਰ ਚ ਵੀ ਹਾਸਿਲ ਕਰ ਸਕਦੇ ਹਾਂ, ਠੀਕ ਹੈ ਜੀ। 20 ਸਾਲ ਦੀ ਉਮਰ ਚ ਨੂੰ ਹਾਸਿਲ ਕਰ ਸਕਦੇ ਹਾਂ, ਪਰ ਸ਼ਰਤ ਇਹੀ ਆ ਕਿ ਆਪਣੇ ਕੋਲ ਆ ਦੂਏ ਪਤੇਂਤੇ ਹੋਣਾ ਚਾਹੀਦਾ। ਆ ਕਿਸੇ ਆ ਮੇਨੋ ਦੀ ਬੇਨਤੀ ਕੁਆਤਰੋ ਆਨੀ, ਭਾਵੇਂ ਕਹਿੰਦਾ ਉਹ 24 ਸਾਲ ਤੋਂ ਘੱਟ ਹੋਵੇ। ਧਿਆਨ ਰੱਖਿਓ, ਜੇਕਰ ਬੰਦਾ 24 ਸਾਲ ਤੋਂ ਉੱਤੇ ਆ, ਧਿਆਨ ਨਾਲ ਸੁਣੋ ਇਹ ਗੱਲ, ਜੇਕਰ ਬੰਦਾ 24 ਸਾਲ ਤੋਂ ਉੱਤੇ ਆ ਫਿਰ ਉਹ ਡਾਇਰੈਕਟ ਏ ਪਤੇਂਤੇ ਕਰ ਸਕਦਾ, ਪਰ ਜੇਕਰ ਉਹਦੀ ਉਮਰ 24 ਸਾਲ ਤੋਂ ਘੱਟ ਏ ਫਿਰ ਉਹਨੂੰ ਪਹਿਲਾਂ ਆ ਦੂਏ ਕਰਨਾ ਪੈਣਾ। ਆ ਦੂਏ ਦਾ ਪਤੇਂਤੇ ਨੂੰ ਰੱਖਣਾ ਪੈਣਾ ਆਪਣੇ ਕੋਲ 2 ਸਾਲ, ਮਤਲਬ ਕਿ 2 ਸਾਲ ਹੋ ਗਏ ਹੁਣ ਆ ਦੂਏ ਦੇ ਪਤੇਂਤੇ ਹਾਸਿਲ ਕੀਤੇ ਨੂੰ, ਫਿਰ ਉਹ ਆ ਦਾ ਪਤੇਂਤੇ ਹਾਸਿਲ ਕਰ ਸਕਦਾ, ਠੀਕ ਹੈ ਜੀ। ਇਸ ਬੱਲਿਆ ਤੋਂ ਦੀਰੇ ਖਿਲਾ ਪਤੇਂਤੇ ਦੀ ਕੈਟਾਗਰੀ ਆ ਦੂਏ ਨੋਨ ਕੰਸੈਂਟ ਦੀ ਗੁਜ਼ਾਰੇ ਅਲਕੁਨ ਟੀਪੋ ਦੀ ਤ੍ਰਿਚੀ ਕੁਲੀਆ ਮਤੋਰੇ, ਕਹਿੰਦਾ ਗਲਤ ਇਹ ਕਹਿਣਾ ਕਿ ਪਤੇਂਤੇ ਦੀ ਕੈਟਾਗਰੀ ਆ ਦੂਏ, ਆ ਦੂਏ ਦੇ ਪਤੇਂਤੇ ਨਾਲ, ਕਹਿੰਦਾ ਗਲਤ ਇਹ ਕਹਿਣਾ ਇਦਾਂ ਕਿ ਆ ਦੂਏ ਦੇ ਪਤੇਂਤੇ ਨਾਲ ਤੁਸੀਂ ਨਹੀਂ ਚਲਾ ਸਕਦੇ, ਤੁਹਾਨੂੰ ਇਜਾਜ਼ਤ ਨਹੀਂ ਹੈਗੀ ਡਰਾਈਵ ਕਰਨ ਦੀ ਕੁਛ ਟਾਈਪ ਦੀ ਤ੍ਰਿਚੀ ਕੁਲੀਆ ਮਤੋਰੇ ਨੂੰ। ਇਨਫਾਤੀ ਕੇ ਨੇ ਐਨ ਪੋਸੈਸੋ ਉਹ ਗੁਜ਼ਾਰੇ ਕੁਐਲੀ ਦੀ ਪੋਤੈਂਸਾ ਨੋਨ ਸੁਪਰੀਅਰ ਹੈ 15 ਕਿਲੋਵਾਟ, ਵੀ ਜਿਹਨਾਂ ਦੇ 15 ਕਿਲੋਵਾਟ ਤੋਂ ਘੱਟ ਪਾਵਰ ਹੈ ਉਹਨਾਂ ਦੀ ਗੱਲ ਹੋਣ ਦੀ ਇੱਥੇ, ਕਿ ਉਹਨਾਂ ਨੂੰ ਚਲਾ ਸਕਦਾ ਜੇਕਰ ਉਹਦੇ ਕੋਲ ਆ ਉਹਨੋ ਦਾ ਪਤੇਂਤੇ ਹੈਗਾ, ਠੀਕ ਹੈ ਜੀ। ਆਪਣਾ ਆ ਦੂਏ ਵੀ ਕੰਪਲੀਟ ਹੋ ਚੁੱਕਿਆ, ਹੁਣ ਬੱਤੇ ਆਪਣੇ ਅਗਲੇ ਪਤੇਂਤੇ ਵੱਲ, ਆ ਵੱਲ। ਆ ਵਿੱਚ ਕੀ ਕਹਿੰਦੇ ਆਪਾਂ ਨੂੰ? ਆ ਵਿੱਚ ਕਹਿੰਦਾ ਵੀ ਕੌਨਸੈਂਟ ਗੁਜ਼ਾਰੇ ਆਪਾਂ ਨੂੰ ਕਿਹਦੀ ਇਜਾਜ਼ਤ ਦੇ? ਤੁਤੀ ਈ ਮੋਟੋਸਾਈਕਲੀ, ਕੋਈ ਲਿਮਿਟ ਨਹੀਂ ਰਹੀ ਮੋਟੋਸਾਈਕਲੀ ਵਿੱਚ, ਮੋਟੋਸਾਈਕਲੀ ਆਪਾਂ ਚਲਾ ਸਕਦੇ ਹਾਂ ਜਿੰਨੀ ਮਰਜ਼ੀ ਉਹਦੀ ਲਿਮਿਟ ਹੋਵੇ ਸਿਲੰਡਰ ਦੀ ਜਾਂ ਪੋਤੈਂਸਾ ਦੀ, ਠੀਕ ਹੈ ਜੀ। ਆ ਸਾਰੇ ਮੋਟਰਸਾਈਕਲ ਦੇ ਲਾਇਸੈਂਸ ਦਾ ਪਿਓ ਆ। ਅੱਗੇ ਤੁਤੀ ਈ ਤ੍ਰਿਚੀਕਲੀਆ ਮੋਤੋਰੇ, ਹਰ ਇੱਕ ਤ੍ਰਿਚੀਕਲੀਆ ਮੋਤੋਰੇ ਆਪਾਂ ਚਲਾ ਸਕਦੇ ਹਾਂ। ਪਰ ਕੁਐਲੀ ਦੀ ਪੋਤੈਂਸਾ ਸੁਪਰੀਅਰ ਹੈ 15 ਕਿਲੋਵਾਟ, ਉਹ ਘੋਰੇ ਅਵੇਰੇ ਅਲਮੇਨੋ ਵਿੰਤੂ ਨਾਨੀ, ਵੀ ਜੇਕਰ ਤੁਸੀਂ ਚਲਾਉਣਾ ਚਾਹੁੰਦੇ ਹੋ 15 ਕਿਲੋਵਾਟ ਤੋਂ ਜ਼ਿਆਦਾ ਦੀ ਤ੍ਰਿਚੀ ਕਿਲੋ ਮਤੋਰੇ, ਤੁਹਾਨੂੰ ਘੱਟੋ ਘੱਟ 21 ਸਾਲ ਦਾ ਹੋਣਾ ਚਾਹੀਦਾ। ਤ੍ਰਿਚੀਕਲੀਆ ਵਿੱਚ ਗੱਲ ਹੋਈ, ਮੋਟੋਸਾਈਕਲੀ ਵਿੱਚ ਨਹੀਂ ਹੋਈ, ਧਿਆਨ ਰੱਖਿਓ ਗੱਲ ਨੂੰ। ਤੁਤੀ ਵੀ ਕੋਲੀ ਕੇਸੀ ਪੋਸਨ ਕੁੰਦੂਰੇ ਕੁੰਲ ਪਤੇਂਤੇ ਆ ਉਨੋ ਆ ਦੂਏ ਆ ਐਮ ਏ, ਕਹਿੰਦਾ ਆ ਐਮ ਆ ਦੂਏ ਤੇ ਆ ਉਨੋ ਦੇ ਪਤੇਂਤੇ ਨਾਲ ਜਿਹੜੀ ਵੀ ਤੁਸੀਂ ਗੱਡੀਆਂ ਚਲਾ ਸਕਦੇ ਹੋ, ਤੁਸੀਂ ਸਾਰੀਆਂ ਦੀ ਸਾਰੀ ਆ ਦੇ ਪਤੇਂਤੇ ਵਿੱਚ ਲਾ ਸਕਦੇ ਹੋ। ਵੇਰੋ ਸਿਪੋ ਕੁੰਸਿਗੁਰੇ, ਤੇ ਇਹਨੂੰ ਹਾਸਿਲ ਕਦੋਂ ਕੀਤਾ ਜਾ ਸਕਦਾ? ਆ ਵਿੰਤਾਨੀ ਸੇ ਸੀ ਤੇ ਤੁਲਾਰੇ ਦੀ ਆ ਦੂਏ ਦਾ ਮੈਨੂੰ ਦੂਏ ਆਨੀ ਅਚੈਸੋ ਗ੍ਰਾਦ ਵਾਲੇ ਨੂੰ ਕਹਿੰਦੇ ਆ, ਧਿਆਨ ਰੱਖਿਓ, ਠੀਕ ਹੈ ਜੀ। ਸੋ ਇਹਦੇ ਚ ਕੀ ਕਹਿੰਦਾ ਪਿਆ? ਇਹਦੇ ਚ ਮੈਂ ਹੁਣ ਥੋੜੀ ਦੇਰ ਪਹਿਲਾਂ ਤੁਹਾਨੂੰ ਸਮਝਾ ਕੇ ਟੈਮ, ਜੇਕਰ ਤੁਸੀਂ 18 ਸਾਲ ਦੀ ਉਮਰ ਵਿੱਚ ਆ ਦੂਏ ਦਾ ਪਤੇਂਤੇ ਹਾਸਿਲ ਕਰਦੇ ਪਏ ਹੋ ਤੇ ਤੁਹਾਨੂੰ 2 ਸਾਲ ਬਾਅਦ ਤੁਸੀਂ ਯਾਨੀ ਕਿ 20 ਸਾਲ ਦੀ ਉਮਰ ਵਿੱਚ ਤੁਸੀਂ ਆ ਦੇ ਪਤੇਂਤੇ ਨੂੰ ਹਾਸਿਲ ਕਰ ਸਕਦੇ ਹੋ, ਪਰ ਤੁਹਾਨੂੰ ਘੱਟੋ ਘੱਟ 2 ਸਾਲ ਹੋਣੇ ਚਾਹੀਦੇ ਨੇ। ਤੇ ਜੇਕਰ ਤੁਸੀਂ 24 ਸਾਲ ਦੇ ਹੋ ਗਏ ਹੋ, ਠੀਕ ਹੈ, 24 ਸਾਲ ਕੰਪਲੀਟ ਹੋਣ ਤੋਂ ਬਾਅਦ, ਸੇਨੋਨ ਸੀ ਤੇ ਤੁਲਾਰੇ ਦੀ ਪਤੇਂਤੇ ਆ ਦੂਏ ਦਾ ਅਲਮੈਨੋ ਦੂਏ ਆਨੀ, ਕਹਿੰਦਾ ਜਦੋਂ 24 ਸਾਲ ਦੀ ਉਮਰ ਹੋਗੀ ਤਾਂ ਤੁਸੀਂ ਡਾਇਰੈਕਟਲੀ ਇਹ ਪਤੇਂਤੇ ਨੂੰ ਹਾਸਿਲ ਕਰ ਸਕਦੇ ਹੋ 24 ਸਾਲ ਦੀ ਉਮਰ ਚ, ਧਿਆਨ ਰੱਖਿਓ। ਉਦੋਂ ਤੁਹਾਨੂੰ ਕੋਈ ਵੀ ਐ ਓਬਲੀਗੋ ਨਹੀਂ ਹੈਗਾ ਵੀ ਤੁਹਾਡੇ ਕੋਲ ਆ ਦੂਏ ਦਾ ਪਤੇਂਤੇ ਹੋਣਾ ਚਾਹੀਦਾ ਘੱਟੋ ਘੱਟ 2 ਸਾਲ ਤੋਂ, ਠੀਕ ਹੈ ਜੀ। ਇਹਨੂੰ ਕਹਿੰਦੇ ਅਚੈਸੋ ਦੀ ਰੈਤੋ, ਇਸ ਬੱਲਿਆ ਤੋਂ ਅਫਰਮਾ ਰਹੇ ਕਿ ਕੁੱਲ ਪਤੇਂਤੇ ਦੀ ਕੈਟਾਗਰੀ ਆ ਸਿਪੋ ਸੁਨੋ ਗੁਜ਼ਾਰੇ ਇੱਕ ਵਾਰੀ ਚਿਕਲੀ ਨੌਲੇਜ ਜੇਰੀ, ਕਹਿੰਦਾ ਤੁਸੀਂ ਆ ਕੈਟਾਗਰੀ ਦੇ ਪਤੇਂਤੇ ਨਾਲ ਆਪਣੀ ਕੁਆਦਰੀ ਚਿਕਲੀ ਨੌਲੇਜ ਜੇਰੀ ਚਲਾ ਸਕਦੇ ਹੋ। ਨੌਲੇਜ ਜੇਰੀ ਲਿਖਿਆ, ਧਿਆਨ ਰੱਖਿਓ, ਇਦਾਂ ਕਹਿਣਾ ਗਲਤ ਆ, ਠੀਕ ਹੈ। ਸਹੀ ਕੀ ਆ? ਐਰੀਕੇਸ ਦਾ ਲਾ ਪਤੇਂਤੇ ਬੀ ਉਨੋ ਉਹ ਸੁਪਰੀਓਰੇ, ਜੇਕਰ ਤੁਸੀਂ ਕੁਆਦਰੀ ਚਿਕਲੀ ਨੌਲੇਜ ਜੇਰੀ ਚਲਾਉਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਬੀ ਉਨੋ ਹੀ ਉਸ ਤੋਂ ਵੱਡਾ ਪਤੇਂਤੇ ਹੋਣਾ ਚਾਹੀਦਾ। ਓਕੇ, ਕੀ ਆ ਕੌਨਸਿਗੁਈ ਤੋਂ ਲਾ ਪਤੇਂਤੇ ਆ ਕੌਨ ਅਚੈਸੋ ਦਿਰੈਤੋ, ਕਹਿੰਦਾ ਉਹ ਵੀ ਚਲਾ ਸਕਦਾ ਬੰਦਾ ਕੁਆਦਰੀ ਚਿਕਲੀ ਜੇਰੀ ਨੂੰ ਚਲਾ ਸਕਦਾ ਜਿਹਨੇ ਡਾਇਰੈਕਟ ਐਕਸੈਸ ਨਾਲ ਪਤੇਂਤੇ ਇਹਨੂੰ ਹਾਸਿਲ ਕੀਤਾ ਗਿਆ ਹੋਵੇ। ਪਰ ਗੁਜ਼ਾਰੇ ਮੋਟਰਸਾਈਕਲੀ ਅਲੈਸਟਰੋ ਦੇਵੇ ਸੋਸਤੇਨੇਰੇ ਉਨ ਉਲਟਰੀਓਰੇ ਐਗਜ਼ਾਮੇ, ਜੇਕਰ ਤੁਸੀਂ ਬਾਹਰਲੀ ਕਿਸੇ ਕੰਟਰੀ ਵਿੱਚ ਆ ਉਹਨਾਂ ਦੇ ਪਤੇਂਤੇ ਉੱਤੇ ਆਪਣੀ ਮੋਟਰਸਾਈਕਲ ਚਲਾਉਣਾ ਚਾਹੁੰਦੇ ਤੁਹਾਨੂੰ ਇੱਕ ਅਲੱਗ ਤੋਂ ਐਗਜ਼ਾਮੇ ਦੇਣਾ ਪੈਣਾ, ਫਾਲਸੋ ਐਸਾ ਕੁਝ ਨਹੀਂ ਹੈ। ਸੋ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਿਰਫ ਪਤੇਂਤੇ ਆ ਤੱਕ ਪੜਾਂਗੇ। ਅੱਗੇ
patente B1, B, B con codice 96, ठीक है जी। इन पतेंते बारे आप इतने डिटेल में कुछ जानकारी हासिल करांगे, जी कोई मिस होगी होएगी जो इतने आके अपनी कंप्लीट हो जाएगी। जेकर तुम कोई भुलेखा होएगा, गलती होएगी, मिस्टेक होएगी, कुछ भी होएगी, तो दूर हो जाएगी। बस वीडियो में पूरा ध्यान ना सुनियो। सो जी, तुहाडे दिल से जेकर कोई सवाल है, कोई डाउट आ, तो इस नीचे कमेंट में पूछ सकते हो, नहीं तो सानू मैसेज कर सकते हो साडे फेसबुक या इंस्टाग्राम पेज उत्ते, तुसीं उत्थे जाके सानू फॉलो कर सकते हो। तो इहदे नाल नाल सानू तुहाडे साथ दी बहुत ज़्यादा जरूरत है। जिहड़े भी असीं वीडियो बनाई, जिन्ने भी असीं लैक्चर इत्थे कंप्लीट कीते ने, साडी यही उम्मीद आ तुहाडे सारयां तों, जिहड़े साडे लिसनर ने, जिहड़े सानू सुणदे पए ने, इही उम्मीद करांगे कि तुसीं इहनां नूं अग्गे दे अग्गे शेयर जरूर करोगे, तां जो वध तों वध अपनी पंजाबी कम्यूनिटी का भला हो सके। कोई भी पंजाबी भैन भरा इदा नहीं रहना चाहिए जिसके को पतेंते बी ना हो। सो जी, इस उपराले का बिल्कुल साथ देते हुए अपने दिलों अपने अपने सोशल मीडिया अकाउंट उत्ते इन्हों शेयर जरूर करो। घट्टो घट एक वीडियो में जरूर शेयर करो, ता जो यह आवाज़ ज़्यादा तो ज़्यादा दूर तक फैल सके, हर एक पंजाबी भैन भरा को अपने को पतेंते हो। सो चंगा जी, मिलेंगे आप नैक्सट एपीसोड में, तद तक लिए रब राखा।